हाँ जी, सत श्री अकाल मित्रों, स्वागत है तुहाडा फिर एक नवी वीडियो च। ते कल जिवें गाजरां बजाई हो गई सी ते शाम नूं पानी लग गया सी, उस तो बाद अज कचरे वाली स्प्रे कर रहे हैं, उत्तों पेंडामैथ्रिन 70 ग्राम ढोलकी दे हिसाब नाल, ते नाल पाई है जी उहदे विच लैनो, थोड़ी जी कोई कीड़े कूड़े बी ना चुगण ਉਹਦੇ ਵਾਸਤੇ। ਅਤੇ ਪਾਣੀ ਨਾਲ ਖਾਲੀਆਂ ਫੁੱਲ ਭਰਤੀਆਂ ਸੀ, ਸਲਾਬ ਚੜ੍ਹ ਗਈ ਹੈ, ਅਤੇ ਹੁਣ ਹਫ਼ਤੇ ਦੇ ਵਿੱਚ ਵਿੱਚ ਆਪਣੀਆਂ ਜੋ ਗਾਜਰਾਂ ਵਧੀਆ ਉੱਗ ਜਾਣਗੀਆਂ। ਅਤੇ ਕੁਛ ਇਹਦੇ ਵਿੱਚ ਇੱਕ ਕਨਾਲ ਕੱਲ ਧਨੀਆ ਲਾਇਆ ਹੋਇਆ ਕੋਈ 15 ਕੁ ਵੱਟਾਂ, 3 ਕਿਲੋ ਬੀ ਪੈ ਗਿਆ ਜੀ ਇੱਕ ਕਨਾਲ 'ਚ ਧਨੀਏ ਦਾ, ਹਾਈਬ੍ਰਿਡ ਧਨੀਆ, ਉਹ ਵੀ 35-40 ਦਿਨਾਂ ਵਿੱਚ ਕਟਾਈ ਵਾਸਤੇ ਤਿਆਰ ਹੋ ਜਾਂਦਾ ਹੈ। ਬਾਕੀ ਗਾਜਰਾਂ ਲਾ ਦਿੱਤੀਆਂ ਸੀ, ਉਹ ਹਫ਼ਤੇ ਤਾਈਂ ਨਿਕਲ ਲਈਆਂ, ਅਤੇ ਅੱਜ ਸਪਰੇ ਚਾਲੂ ਕਰਤੀ ਹੈ ਵੀ ਕਚਰਾ ਘੱਟ ਤੋਂ ਘੱਟ ਨਿਕਲੇ, ਪਰ ਨਿਕਲਦਾ ਤਾਂ ਹੁੰਦਾ ਹੀ ਹੈ, ਇੰਨਾ ਵੀ ਕੋਈ 30-40% ਰੋਕਥਾਮ ਮਿਲ ਜਾਂਦੀ ਕਚਰੇ ਤੋਂ। ਅਤੇ ਗਾਜਰਾਂ ਉੱਗੇ ਤੋਂ ਬਾਅਦ 15-20 ਦਿਨਾਂ ਬਾਅਦ ਫਿਰ ਇੱਕ ਹੋਰ ਸਪਰੇ ਆਉਂਦੀ ਜਿਹੜਾ ਕਚਰਾ ਕੁਚਰਾ ਸਾਰਾ ਖਤਮ ਕਰ ਦਿੰਦੀ ਹੈ, ਫਿਰ ਉਹ ਕਰਾਂਗੇ। ਉਹਦੇ ਵਾਸਤੇ ਤੁਹਾਨੂੰ ਫਿਰ ਅਲੱਗ ਤੋਂ ਵੀਡੀਓ ਦੇਖਣੀ ਪਊਗੀ, ਉਹ ਸਪਰੇ ਵੀ ਅਲੱਗ ਆਉਂਦੀ ਹੈ, ਕੋਈ ਨਵਾਂ ਸਾਲਟ ਆਇਆ ਹੁਣ ਹੋ ਜਾਂਦੀ ਵਧੀਆ, ਗਾਜਰਾਂ ਬਚ ਜਾਂਦੀਆਂ ਤਾਂ ਸਾਰਾ ਘਾਹ ਮੱਚ ਜਾਂਦਾ। ਤੋ ਉਸ ਵੀਡੀਓ ਲਈ ਫਿਰ ਤੁਹਾਨੂੰ ਹਫ਼ਤਾ 10 ਦਿਨ 15 ਦਿਨ ਰੁਕਣਾ ਪੈਣਾ। ਤੋ ਮਿਲਦੇ ਹਾਂ ਅਗਲੀ ਵੀਡੀਓ 'ਚ, ਬਾਏ ਮਿੱਤਰੋ।